ਵਾਰ ਇੱਕ ਨਵੇਂ ਸੁਹਾਗ ਦੇ ਵਿੱਚ ਨਵੇਂ ਪਹਾੜਾਂ ਦੇ ਪਰਬਤ ਦਿਆਂ ਤੇ ਛੇਵਾਂ ਸੁਹਾਗ ਹੈ ਇਹ ਸੁਹਾਗ ਕੀ ਹੁੰਦੇ ਨੇ ਜੋ ਕੁੜੀ ਦੇ ਵਿਆਹ ਤੇ ਗਾਏ ਜਾਣ ਵਾਲੇ ਗੀਤ ਲੋਕ ਗੀਤ ਹੁੰਦੇ ਨੇ ਉਹਨਾਂ ਨੂੰ ਸੁਹਾਗ ਆਖਿਆ ਜਾਂਦਾ ਹੈ ਬੇਟਾ ਇੱਕ ਗੱਲ ਵਾਰ ਵਾਰ ਦੱਸ ਰਿਹਾ ਕਿ ਸੁਹਾਗ ਜ਼ਰੂਰੀ ਨਹੀਂ ਕਿ ਕੁੜੀ ਦੇ ਵਿਆਹ ਦੇ ਉੱਤੇ ਹੀ ਗਾਏ ਜਾਣ ਇੱਕ ਮਤਲਬ ਵਿਆਹ ਦੇ ਉੱਤੇ ਇਨ ਦਾ ਸੈਂਸ ਚਾਹੇ ਉਸ ਦਿਨ ਹੋਣ ਚਾਹੇ ਇੱਕ ਦਿਨ ਪਹਿਲਾਂ ਹੋਵੇ ਦੋ ਦਿਨ ਪਹਿਲਾਂ ਹੋਵੇ ਮਹੀਨਾ ਪਹਿਲਾਂ ਹੋਵੇ ਕੁੜੀ ਦੀ ਕਨਵਰਸੇਸ਼ਨ ਰਿਗਾਰਡਿੰਗ ਉਸਦੀ ਮੈਰਿਜ ਜਿਹੜੀ ਹੈਗੀ ਹੈ ਚਾਹੇ ਉਹਦੇ ਪਿਤਾ ਦੇ ਨਾਲ ਹੁੰਦੀ ਹੈ ਮਦਰ ਦੇ ਨਾਲ ਹੁੰਦੀ ਹੈ ਜ਼ਿਆਦਾਤਰ ਬਾਬਲ ਦੇ ਨਾਲ ਹੀ ਹੁੰਦੀ ਹੈ ਸੋ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਅਧੂਰਾ ਕੰਮ ਨਹੀਂ ਕਰਨਾ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਲਾਈਕ ਸ਼ੇਅਰ ਕਰੋ ਸੋ ਤੁਹਾਡੇ ਸਾਹਮਣੇ ਹੈ ਨਿਵੇਂ ਪਹਾੜਾਂ ਤੇ ਪਰਬਤ ਸੁਹਾਗ ਨਿਵੇਂ ਪਹਾੜਾਂ ਤੇ ਪਰਬਤ ਭਾਵ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਧੀ ਦਾ ਡੋਲਾ ਤੁਰਦਾ ਹੈ ਨਾ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਨਾ ਤਾਂ ਪਹਾੜਾਂ ਦੇ ਜਿਗਰੇ ਵਰਗਾ ਜਿਹੜਾ ਬਾਪ ਹੈ ਜਿਹਦਾ ਜਿਗਰਾ ਪਹਾੜਾਂ ਵਾਲਾ ਵੀ ਹੁੰਦਾ ਹੈ ਨਾ ਜਿਹੜਾ ਬਹੁਤ ਆਪਣੇ ਆਪ ਨੂੰ ਸਖਤ ਮੰਨਦਾ ਵਾ ਉਹ ਵੀ ਨਿਮ ਜਾਂਦਾ ਵਾ ਉਹ ਡੁੱਲ ਪੈਂਦਾ ਵਾ ਉਸ ਤੋਂ ਬਾਅਦ ਉਹਦੀ ਧੀ ਉਹਨੂੰ ਸਮਝਾਉਂਦੀ ਹੈ ਕਿ ਪਿਤਾ ਜੀ ਤੁਸੀਂ ਕਿਉਂ ਐਂ ਰੋ ਰਹੇ ਹੋ ਇਹ ਕੋਈ ਤੁਹਾਡੇ ਨਾਲ ਨਵੀਂ ਨਹੀਂ ਹੁੰਦੀ ਇਹ ਤਾਂ ਸਾਡਾ ਟ੍ਰੈਡੀਸ਼ਨ ਹੈ ਇਹ ਤਾਂ ਜੱਗ ਦੇ ਨਾਲ ਹੁੰਦੀ ਆਈ ਹੈ ਸੋ ਇਹ ਜਿਹੜੀ ਚੀਜ਼ ਹੈ ਇਹ ਫੀਲਿੰਗਸ ਨੇ ਜਿਹੜੀਆਂ ਉਹਦੇ 'ਚ ਵਿਅਕਤ ਕੀਤੀਆਂ ਗਈਆਂ ਨੇ ਸੁਹਾਗ ਦੇ ਵਿੱਚ ਨਿਵੇਂ ਪਹਾੜਾਂ ਅਤੇ ਪਰਬਤ ਬੇਟਾ ਨਾਲ ਦੀ ਨਾਲ ਮੈਂ 1 ਮਾਰਕਸ ਵਾਲੇ ਕੁਐਸਚਨ ਤੁਹਾਨੂੰ ਕਲੀਅਰ ਕਰਾਉਂਦਾ ਜਾਵਾਂਗਾ ਮੈਨੂੰ ਉਮੀਦ ਹੈ ਕਿ ਇਹਦੇ ਵਿੱਚੋਂ ਚੰਗੇ ਤਰੀਕੇ ਦੇ ਨਾਲ ਤੁਹਾਡੇ ਹੋ ਜਾਣਗੇ ਤਾਂ ਕਿ ਕੋਈ ਵੀ ਕੁਐਸਚਨ ਨਾ ਛੁੱਟ ਜਾਵੇ ਸੋ ਨਿਵੇਂ ਪਹਾੜਾਂ ਅਤੇ ਪਰਬਤ ਹੋਰ ਨਿਵਿਆਂ ਨਾ ਕੋਈ ਨਿਵਿਆਂ ਲਾਡੋ ਦਾ ਬਾਬਲ ਜਿੰਨੇ ਬੇਟੀ ਵੀ ਆਈ ਸੋ ਕੀ ਕਹਿ ਰਹੇ ਨੇ ਕਿ ਨਿਵੇਂ ਪਹਾੜਾਂ ਦੇ ਪਰਬਤ ਉਹ ਪਹਾੜਾਂ ਦੇ ਜਿਗਰੇ ਵਰਗਾ ਬਾਬਲ ਜਿਹਦਾ ਪਹਾੜਾਂ ਵਰਗਾ ਜਿਗਰਾ ਸੀ ਉਹ ਨਿਮ ਗਿਆ ਹੋਰ ਕੋਈ ਨਹੀਂ ਨਿਵਿਆ ਬਾਬਲ ਕਿਉਂ ਨਿਵਿਆ ਨਿਵਿਆ ਲਾਡੋ ਦਾ ਬਾਬਲ ਕਿਉਂ ਨਿਵਿਆ ਨਿਵਿਆ ਬਾਬਲ ਜਿਹੜਾ ਲਾਡੋ ਦਾ ਕਿਉਂਕਿ ਉਹਨੇ ਬੇਟੀ ਵਿਆਹੀ ਹੈ ਫਿਰ ਉਸ ਤੋਂ ਬਾਅਦ ਡੋਲਾ ਜਾਂਦਾ ਦੇਖ ਕੇ ਹੈ ਨਾ ਕੁੜੀ ਦਾ ਬਾਬਲ ਰੋ ਪੈਂਦਾ ਨਿਮ ਜਾਂਦਾ ਨਾ ਤਾਂ ਫਿਰ ਕੁੜੀ ਕਹਿੰਦੀ ਤੂੰ ਕਿਉਂ ਰੋਇਆ ਬਾਬਲ ਜੀ ਜੱਗ ਹੁੰਦੜੀ ਆਈ ਤੂੰ ਕਿਉਂ ਰੋਇਆ ਬਾਬਲ ਜੀ ਜੱਗ ਹੁੰਦੜੀ ਆਈ ਪਿਤਾ ਜੀ ਬਾਬਲ ਜੀ ਬਾਪੂ ਜੀ ਤੁਸੀਂ ਕਿਉਂ ਰੋਏ ਹੋ ਇਹ ਤਾਂ ਜੱਗ ਨਾਲ ਹੁੰਦੀ ਆਈ ਹੈ ਟ੍ਰੈਡੀਸ਼ਨ ਆ ਪੁਰਾਣੀ ਚੀਜ਼ ਹੈ ਕੋਈ ਤੁਹਾਡੇ ਨਾਲ ਨਹੀਂ ਹੋਈ ਮੋਹਰਾਂ ਦੀਆਂ ਪਹਿਲਾਂ ਵੇਖ ਕੇ ਬਾਬਲ ਛਮ ਛਮ ਰੋਇਆ ਮੋਹਰਾਂ ਦੀਆਂ ਪਹਿਲਾਂ ਮਨ ਭਾਵ ਹੈਗਾ ਕਿ ਜਦੋਂ ਕੁੜੀ ਪਰਿਵਾਰ ਦੇ ਉਹਨਾਂ ਦਾ ਸਹੁਰਾ ਪਰਿਵਾਰ ਨੱਚਦਾ ਵਾ ਮੋਹਰਾਂ ਵਾਂਗ ਪਹਿਲਾਂ ਪਾਉਂਦਾ ਉਹਨਾਂ ਨੂੰ ਨੱਚਦੇ ਟੱਪਦੇ ਮੋਹਰਾਂ ਵਾਂਗ ਪਹਿਲਾਂ ਪਾਉਂਦੇ ਨੂੰ ਦੇਖ ਕੇ ਦੁਬਾਰਾ ਫਿਰ ਛਮ ਛਮ ਕਰਕੇ ਰੋਇਆ ਭਾਵ ਬਹੁਤ ਰੋਇਆ ਤੂੰ ਕਿਉਂ ਰੋਇਆ ਬਾਬਲ ਜੀ ਜੱਗ ਹੁੰਦੜੀ ਆਈ ਪਿਤਾ ਜੀ ਤੁਸੀਂ ਕਿਉਂ ਰੋਏ ਤਾਂ ਜਾਗਣਾ ਹੁੰਦੀ ਆਉਂਦੀ ਹੈ ਨਿਵੇਂ ਪਹਾੜਾਂ ਅਤੇ ਪਰਬਤ ਹੋਰ ਨਿਵਿਆਂ ਨਾ ਕੋਈ ਪਹਾੜਾਂ ਦੇ ਜਿਗਰੇ ਵਰਗਾ ਬਾਬਲ ਨਿਮ ਪਿਆ ਹੋਰ ਕੋਈ ਨਹੀਂ ਨਿਵਿਆ ਕਿਉਂਕਿ ਉਸਨੇ ਬੇਟੀ ਵਿਆਹੀ ਹੈ ਕਿਉਂ ਨਿਵਿਆ ਬੇਟਾ ਕੀ ਰੀਜ਼ਨ ਹੈ ਕਿਉਂਕਿ ਸਾਡਾ ਟ੍ਰੈਡੀਸ਼ਨ ਹੈ ਅਸੀਂ ਇਹ ਮੰਨਦੇ ਹਾਂ ਕਿ ਕੁੜੀ ਵਾਲੇ ਜਦੋਂ ਕੁੜੀ ਦੇ ਘਰ ਡੋਲਾ ਲੈ ਕੇ ਆਉਂਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਸਾਡੇ ਤੋਂ ਮਹਿਮਾਨ ਨਿਵਾਜੀ ਦੇ ਵਿੱਚ ਕੋਈ ਕਮੀ ਨਾ ਰਹਿ ਜੇ ਸਾਡਾ ਇਹ ਟ੍ਰੈਡੀਸ਼ਨ ਹੈ ਇਸ ਲਈ ਅਸੀਂ ਨਿਮ ਕੇ ਰਹਿੰਦੇ ਹਾਂ ਸਾਡਾ ਇਹ ਪ੍ਰਾਹੁਣਾਚਾਰੀ ਹੈ ਇਹ ਨਹੀਂ ਕਿ ਕੁੜੀ ਵਾਲੇ ਬਹੁਤ ਨੀਵੇਂ ਨੇ ਜਾਂ ਇਹ ਤਾਂ ਲੋਕਾਂ ਦੀ ਪਹਿਲਾਂ ਦਿਲ ਸੋਚ ਸੀਗੀ ਠੀਕ ਹੈ ਸੋ ਇਸ ਸੁਹਾਗ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਵੱਡੇ ਜਿਗਰੇ ਵਾਲਾ ਪਿਤਾ ਵੀ ਨਿਮ ਜਾਂਦਾ ਵਾ ਰੋ ਪੈਂਦਾ ਵਾ ਕਿਉਂਕਿ ਉਸਨੇ ਬੇਟੀ ਵਿਆਹੀ ਹੋਈ ਹੈ ਸੋ ਪਹਿਲੀ ਲਾਈਨਾਂ ਦੇ ਵਿੱਚ ਦੇਖੋ ਜਿਹੜੀ ਮੈਂ ਗ੍ਰੀਨ ਕੀਤੀਆਂ ਹੋਈਆਂ ਇਹਦੇ ਵਿੱਚ ਤੁਸੀਂ ਦੇਖੋ ਕਿ ਪਹਾੜਾਂ ਅਤੇ ਪਰਬਤ ਪ੍ਰਕਿਰਤਿਕ ਚਿੰਨ੍ਹ ਜਿਹੜੇ ਹੈਗੇ ਆ ਪਹਿਲਾਂ ਪਹਾੜਾਂ ਅਤੇ ਪਰਬਤ ਦੂਜਾ ਹੈਗਾ ਵਾ ਮੋਰਾਂ ਦੀਆਂ ਪਹਿਲਾਂ ਦੋ ਵਾਰੀ ਆ ਗਿਆ ਠੀਕ ਹੈ ਦੋ ਪ੍ਰਕਿਰਤਿਕ ਚਿੰਨ੍ਹ ਨੇ ਪ੍ਰਕਿਰਤੀ ਨਾਲ ਜਿਹੜੀ ਆਪਾਂ ਗੱਲ ਕਰੀਏ ਸਾਂਝ ਹੈ ਦੋ ਵਾਰੀ ਪਹਿਲੀ ਵਾਰੀ ਬਾਬਲ ਰੋਇਆ ਜਦੋਂ ਡੋਲੀ ਤੁਰੀ ਹੈ ਆ ਦੇਖੋ ਪਹਿਲੇ ਪੈਰ 'ਚ ਦੂਜੀ ਵਾਰੀ ਬਾਬਲ ਛਮ ਛਮ ਰੋਇਆ ਜਦੋਂ ਸਹੁਰਾ ਪਰਿਵਾਰ ਮੋਰਾਂ ਵਾਂਗ ਪਹਿਲਾਂ ਪਾਉਂਦਾ ਹੋਇਆ ਛਮ ਛਮ ਨੱਚ ਰਿਹਾ ਹੋਇਆ ਸੋ ਵਿਦਿਆਰਥੀਓ ਨੈਕਸਟ ਵਾਲਾ ਪਹਿਰਾ ਦੇਖੋ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤਾਂ ਦੇਖੋ ਪਹਿਲੇ ਪਹਿਰੇ ਦੇ ਵਿੱਚ ਪਿਤਾ ਦੂਜੇ ਪਹਿਰੇ ਦੇ ਵਿੱਚ ਤਾਇਆ ਹੋਰ ਕੋਈ ਚੇਂਜਸ ਨਹੀਂ ਹੈਗੀ ਸਾਨੂੰ ਪੜ੍ਹਨ ਦੀ ਲੋੜ ਨਹੀਂ ਜੋ ਪਹਿਲੇ 'ਚ ਪੜ੍ਹਿਆ ਉਹੀ ਸੇਮ ਚੀਜ਼ ਹੈ ਠੀਕ ਹੈ ਜਿਹੜਾ ਪਿਤਾ ਨੂੰ ਕਿਹਾ ਉਹੀ ਤਾਇਆ ਜੀ ਦੇ ਨਾਲ ਹੁਣ ਅਸੀਂ ਇਹਦੇ ਨਾਲ ਰਿਲੇਟਡ ਕੁਐਸਚਨ ਦੇਖਾਂਗੇ ਇਸ ਪਹਿਰੇ ਦੇ ਪਹਿਲਾ ਪ੍ਰਸ਼ਨ ਹੈਗਾ ਇਹ ਕਾਵਿ ਸੰਤਰਾ ਕਿਹੜੇ ਲੋਕ ਗੀਤ ਤੋਂ ਵਿੱਚੋਂ ਹਨ ਸੋ ਲੋਕ ਗੀਤ ਹੈਗਾ ਨਿਵੇਂ ਪਹਾੜਾਂ ਅਤੇ ਪਰਬਤ ਲੋਕ ਗੀਤ ਜਾਂ ਸੁਹਾਗ ਬੇਟਾ ਸੁਹਾਗ ਲੋਕ ਗੀਤ ਹੀ ਹੁੰਦੇ ਹਨ ਲੋਕ ਗੀਤ ਦੀ ਵੰਨਗੀ ਹੈ ਸੁਹਾਗ ਠੀਕ ਹੈ ਸੋ ਤੂੰ ਕਿਉਂ ਰੋਇਆ ਬਾਬਲ ਪਹਿਲਾਂ ਬਾਬਲ ਕਿਉਂ ਰੋਇਆ ਜਦੋਂ ਡੋਲਾ ਤੋਰਿਆ ਦੂਜੀ ਵਾਰ ਬਾਬਲ ਕਿਉਂ ਰੋਇਆ ਜਦੋਂ ਉਹ ਮੋਰਾਂ ਵਾਂਗ ਛਮ ਛਮ ਸਮਝ ਗਏ ਨਾ ਹਾਂਜੀ ਸਮਝ ਲਿਓ ਨਾ ਮੋਰਾਂ ਦੀਆਂ ਪਹਿਲਾਂ ਵੇਖ ਬਾਬਲ ਛਮ ਛਮ ਰੋਇਆ ਮੋਰਾਂ ਦੀ ਪਹਿਲਾਂ ਵੇਖ ਤੋਂ ਕੀ ਭਾਵ ਹੈ ਸਮਝ ਲਿਓ ਨਾ ਸਹੁਰਾ ਪਰਿਵਾਰ ਮੋਰਾਂ ਵਾਂਗ ਛਮ ਛਮ ਪਹਿਲਾਂ ਪਾਉਂਦਾ ਹੋਇਆ ਠੀਕ ਹੈ ਛਮ ਛਮ ਕਰਦਾ ਰੋਇਆ ਮਤਲਬ ਬਹੁਤ ਰੋਇਆ ਸੋ ਨੈਕਸਟ ਵਾਲਾ ਕੁਐਸਚਨ ਦੇਖੋ ਕੀ ਦੱਸਿਆ ਗਿਆ ਹੈ ਜੋ ਮੈਂ ਪਹਿਲਾਂ ਹੀ ਦੱਸਤਾ ਕਿ ਜਦੋਂ ਪਹਿਲੀ ਜਿਹੜੀ ਮੈਂ ਭੂਮਿਕਾ ਬੰਨੀ ਹੈ ਠੀਕ ਹੈ ਕੁੜੀ ਦੇ ਵਿਆਹ ਵੇਲੇ ਪਹਾੜਾਂ ਦੇ ਜਿਗਰੇ ਵਰਗੇ ਪਿਤਾ ਵੀ ਨਿਮ ਪੈਂਦੇ ਨੇ ਉਹ ਸਾਰਾ ਇਹਦੇ ਵਿੱਚ ਹੈ ਸੋ ਨੈਕਸਟ ਗਿਆ ਨਿਵੇਂ ਪਹਾੜਾਂ ਦੇ ਪਰਬਤ ਕੁੜੀ ਦੇ ਵਿਆਹ ਸਮੇਂ ਉਸਦੇ ਪੇਕੇ ਪਰਿਵਾਰ ਦੇ ਲੋਕ ਕਿਉਂ ਨਿਉਂਦੇ ਵਿਖਾਈ ਗਏ ਹਨ ਮੈਂ ਪਹਿਲੇ ਦੱਸ ਚੁੱਕਾ ਬੇਟਾ ਕਿ ਸਾਡਾ ਟ੍ਰੈਡੀਸ਼ਨ ਆ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਕੋਈ ਪ੍ਰਾਹੁਣਾਚਾਰੀ ਦੇ ਵਿੱਚ ਨਾ ਕਮੀ ਨਾ ਆ ਜਾਵੇ ਕਿ ਧੀ ਦਾ ਡੋਲਾ ਲੈਣ ਆਏ ਨੇ ਸਾਡੇ ਤੋਂ ਵੱਡੇ ਨੇ ਅਸੀਂ ਨੀਵੇਂ ਹਾਂ
ਸੋ ਨੈਕਸਟ ਹੈ ਨੀਵੇਂ ਪਹਾੜਾਂ ਦੇ ਪਰਬਤ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਡੋਲ ਰਹੇ ਪੇਕੇ ਪਰਿਵਾਰ ਨੂੰ ਕਿਹੜੇ ਕਿਹੜੇ ਸ਼ਬਦਾਂ ਨਾਲ ਦਿਲਾਸਾ ਦਿੱਤਾ ਗਿਆ? ਕੀ ਦਿਲਾਸਾ ਦਿੱਤਾ ਗਿਆ? ਇਹੀ ਦਿਲਾਸਾ ਦਿੱਤਾ ਗਿਆ ਕਿ ਪਿਤਾ ਜੀ ਤੁਸੀਂ ਕਿਉਂ ਰੋ ਰਹੇ ਹੋ, ਇਹ ਤਾਂ ਜੱਗ ਦੇ ਨਾਲ ਹੁੰਦੀ ਆਈ ਹੈ, ਤੁਹਾਡੇ ਨਾਲ ਕੋਈ ਵੱਖਰੀ ਨਹੀਂ ਹੋਈ, ਠੀਕ ਹੈ। ਸੋ ਤੁਹਾਨੂੰ ਰੋਣ ਦੀ ਲੋੜ ਨਹੀਂ ਹੈਗੀ, ਇਹ ਤਾਂ ਸਾਡੀ ਜੱਗ ਦੀ ਰੀਤ ਬਣਾਈ ਹੋਈ ਹੈ। ਨੀਵੇਂ ਪਹਾੜਾਂ ਦੇ ਪਰਬਤ ਸੁਹਾਗ ਵਿੱਚ ਭਾਵਾਂ ਨੂੰ ਪ੍ਰਗਟ ਕਰਨ ਲਈ ਪ੍ਰਕਿਰਤਿਕ ਸੰਕੇਤ ਕਿਹੜੇ ਆਏ ਆ? ਦੋ ਸੀ ਨਾ, ਕਿਹੜੇ 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 ਬੋਲੋ ਬੋਲੋ। ਇੱਕ ਸੀ ਪਹਾੜਾਂ ਦੇ ਪਰਬਤ, ਦੂਜਾ ਸੀ ਮੋਰਾਂ ਵਾਂਗ ਪਹਿਲਾਂ ਪਾਉਂਦੇ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਮਝ ਆ ਗਈ ਹੋਵੇ। ਸੰਬੰਧੀ ਨਿਮਿਆ ਹੈ ਬਾਬਲ ਅਤੇ ਤਾਇਆ, ਤਾਇਆ ਅਤੇ ਮਾਮਾ, ਇਹਦੇ 'ਚ ਹੈ ਬਾਬਲ ਅਤੇ ਤਾਇਆ। ਇਸ ਸੁਹਾਗ ਵਿੱਚ ਕਿਹੜੇ ਪੰਛੀ ਦਾ ਨਾਂ ਆਇਆ ਹੈ? ਮੋਰ, ਮੋਰਾਂ ਵਾਂਗ ਛਮ ਛਮ ਕਰਦੇ ਹੋਏ ਕੁੜੀ ਦੇ ਜਿਹੜੇ ਸਹੁਰੇ ਨੇ ਉਹ ਨੱਚਦੇ ਨੇ। ਧੀ ਦਾ ਕਿਹੜਾ ਕਿਹੜਾ ਸੰਬੰਧੀ ਰੋਇਆ ਸੀ? ਧੀ ਦਾ ਬਾਬਲ ਅਤੇ ਤਾਇਆ ਰੋਇਆ ਸੀ। ਇਸ ਸੁਹਾਗ ਵਿੱਚ ਕਿਹੜੇ ਕਿਹੜੇ ਪ੍ਰਕਿਰਤਿਕ ਸੰਕੇਤ? ਬੇਟਾ ਦੋ ਸੀਗੇ, ਇੱਕ ਸੀ ਪਹਾੜਾਂ ਦੇ ਪਰਬਤ, ਦੂਜਾ ਸੀ ਪੰਛੀ। ਦੋ ਚੀਜ਼ਾਂ ਸੀਗੀਆਂ ਜਿਨ੍ਹਾਂ ਬਾਰੇ ਗੱਲ ਕੀਤੀ ਗਈ ਸੀ। ਇਸ ਸੁਹਾਗ ਵਿੱਚ ਕਿਹੜੇ ਕਿਹੜੇ ਪ੍ਰਕਿਰਤਿਕ ਸੰਕੇਤ ਤੁਹਾਡੇ 'ਚ? ਪਹਾੜ ਅਤੇ ਪਰਬਤ, ਪੰਛੀ, ਜਾਨਵਰ, ਤੁਸੀਂ ਇਹਨੂੰ ਟਿਕ ਕਰੋਗੇ ਬਿਕੋਜ਼ ਚੁਆਇਸ ਇਹੀ ਹੈ। ਜੇਕਰ ਇੱਥੇ ਪ੍ਰਕਿਰਤੀ ਦੇ ਵਿੱਚ ਮੋਰਾਂ ਦੀ ਛਮਛਮ ਹੁੰਦੀ ਤਾਂ ਉਹਨੂੰ ਵੀ ਐਡ ਕਰ ਸਕਦੇ ਸੀ। ਬਾਬਲ ਅਤੇ ਤਾਇਆ ਕਿਹੜੇ ਪੰਛੀ ਦੀ ਪੈਲ ਵੇਖ ਕੇ ਰੋਂਦੇ ਸੀ? ਮੋਰਾਂ ਦੀ। ਬਾਬਲ ਅਤੇ ਤਾਏ ਨੂੰ ਦਿਲਾਸਾ ਕੌਣ ਦਿੰਦਾ ਹੈ? ਧੀ ਦਿਲਾਸਾ ਦਿੰਦੀ ਹੈ ਕਿ ਇਹ ਜੱਗ ਨਾਲ ਰੀਤ ਹੁੰਦੀ ਆਈ ਹੈ, ਤੁਸੀਂ ਕੋਈ ਨਵੀਂ ਨਹੀਂ ਹੈਗੀ, ਤੁਸੀਂ ਰੋਵੋ ਨਾ। ਨੀਵੇਂ ਪਹਾੜਾਂ ਅਤੇ ਪਰਬਤ ਕਾਵਿ ਰੂਪ ਕਿਹੜਾ ਹੈ? ਸੁਹਾਗ ਹੈ। ਲਾਡੋ ਤੋਂ ਕੀ ਭਾਵ ਹੈ? ਲਾਡਾ ਨਾਲ ਪਾਲੀ ਹੋਈ ਧੀ।